ਬਹੁਤ ਬਹੁਤ ਪਿਆਰਾ ਬੰਦਾ ਨਾਲੇ ਜਿੱਦਾਂ ਆਪਾਂ ਪਹਿਲਾਂ ਮੈਸੇਜ 'ਤੇ ਤਾਂ ਗੱਲ ਕਰੀਦਾ ਹੀ ਹੁੰਦਾ ਸੀ ਕਿ ਜਦੋਂ ਵੀ ਉਹਦਾ ਕੋਈ ਮਿਊਜ਼ਿਕ ਆਉਂਦਾ ਸੀ ਮੈਨੂੰ ਅੱਛਾ ਲੱਗਦਾ ਸੀ ਉਹਦਾ ਮਿਊਜ਼ਿਕ ਤਾਂ ਆਪਾਂ ਮੈਸੇਜ 'ਤੇ ਕਾਫੀ ਗੱਲ ਹੁੰਦੀ ਸੀ ਪਰ ਇਹ ਨਹੀਂ ਕਦੀ ਪਤਾ ਸੀ ਕਿ ਇੱਦਾਂ ਗਾਣਾ ਬਣ ਆਪਾਂ ਕੋਲੈਬ ਕਰਾਂਗੇ ਜਾਂ ਕੁਛ ਆਪਣੀ ਫਿਲਮ ਲਈ ਗਾਣਾ ਹੋਊਗਾ ਪਰ ਜਦੋਂ ਹੋਇਆ ਇਹ ਤਾਂ ਮਤਲਬ ਅੱਛਾ ਹੀ ਲੱਗਿਆ ਬਹੁਤ ਚੰਗਾ ਲੱਗਿਆ ਨਾਲੇ ਆਈ ਜਸਟ ਉਹਦੀ ਜਰਨੀ ਮੈਨੂੰ ਬਹੁਤ ਪਿਆਰੀ ਲੱਗਦੀ ਬਹੁਤ ਮਿਹਨਤੀ ਨਾ ਬਹੁਤ ਮਿਹਨਤੀ ਆ ਨਾਲੇ ਉਹਦੇ ਜਿਹੜੀ ਜਰਨੀ ਰਹੀ ਆ ਹੀ ਇਜ਼ ਆਲਸੋ ਵੈਰੀ ਰੂਟਡ ਪਰਸਨ ਹੈ ਨਾ ਤਾਂ ਉਹ ਐਂਡ ਨਾਲੇ ਮੈਨੂੰ ਗਾਉਂਦੇ ਤਾਂ ਬਹੁਤ ਅੱਛਾ ਮਿਊਜ਼ਿਕ ਅੱਛਾ ਕੰਪੋਜ਼ਰ ਮੈਨੂੰ ਉਹਨਾਂ ਦੀ ਨਾ ਸਭ ਤੋਂ ਅੱਛਾ ਲੱਗਦਾ ਉਹਨਾਂ ਦੀ ਰਾਈਟਿੰਗ 'ਚ ਬਹੁਤ ਸੱਚਾਈ ਆ ਹਮੇਸ਼ਾ ਜਿਹੜੇ ਗਾਣੇ ਲਿਖਦੇ ਆ ਨਾ ਆਮ ਅ ਬਿਗਰ ਫੈਨ ਆਫ ਹਿਮ ਐਜ਼ ਅ ਰਾਈਟਰ ਆਫ ਸੌਂਗਸ ਦੈਨ ਐਨੀਥਿੰਗ ਐਲਸ ਅਤੇ ਆਈ ਐਮ ਵੈਰੀ ਹੈਪੀ ਕਿ ਸਨ ਉਹਦਾ ਜਿਹੜਾ ਕਰਨ ਦਾ ਪਹਿਲੀ ਵਾਰੀ ਬਾਲੀਵੁੱਡ 'ਚ ਹੋਇਆ ਇਟ ਹੈਪਨ ਫੋਰ ਬੈਡ ਨਿਊਜ਼ ਵਿਦ ਤੌਬਾ ਤੌਬਾ ਗਲੋਬਲ ਚੱਲ ਰਿਹਾ ਮੈਨੂੰ ਕਰਨ ਦਾ ਸਭ ਤੋਂ ਵਧੀਆ ਲੱਗਦਾ ਉਹ ਨਾ ਜ਼ਿੰਦਗੀ ਜਿਉਂ ਰਿਹਾ ਸਵਾਦ ਨਾਲ ਕਈ ਨਾ ਬੰਦਾ ਪੈਸੇ ਕਮਾਈ ਜਾਂਦਾ ਸਾਰੀਆਂ ਚੀਜ਼ਾਂ ਕਰਦਾ ਐਵੇਂ ਮਰੂ ਮਰੂ ਕਰਦਾ ਉਹ ਜ਼ਿੰਦਗੀ ਨੂੰ ਮਤਲਬ ਪੂਰੇ ਆਨੰਦ ਨਾਲ ਜਿਉਂ ਰਿਹਾ ਵਧੀਆ ਪਰਿਵਾਰ ਨਾਲ ਆਪਣੇ ਨਾਲ ਸਾਰ ਮਤਲਬ ਮੈਨੂੰ ਉਹ ਚੀਜ਼ ਦੀ ਬੜੀ ਖੁਸ਼ੀ ਮਿਲਦੀ ਉਸ ਚੀਜ਼ ਨੂੰ ਅਤੇ ਵਨ ਆਫ ਦੀ ਬੈਸਟ ਆਰਟਿਸਟ ਆ ਆਪਣਾ ਉਹ ਅਤੇ ਏਸ਼ੀਆ ਦੇ ਵੀ ਮਤਲਬ ਗਿਣੇ ਚੁਣੇ ਆਰਟਿਸਟਾਂ ਦੇ ਵਿੱਚੋਂ ਆਉਣਾ ਕਰਨ ਨੇ ਹੋਰ ਚਲੋ ਅਜੇ ਆ ਹੀ ਗਏ ਅਤੇ ਨਹੀਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੁਸੀਂ ਦੇਖਿਓ ਦਲਜੀਤ ਭਾਅ ਜੀ ਚੱਲੀ ਜਾਂਦੇ ਨੇ ਸਿੱਧੂ ਮੂਸੇਵਾਲਾ ਦਾ ਕਿੱਡਾ ਵੱਡਾ ਨਾਮ ਆ ਮਤਲਬ ਚਾਰਟਸ ਦੇ ਵਿੱਚ ਏਪੀ ਦਾ ਸ਼ੁਭ ਦਾ ਕਰਨ ਔਜਲਾ ਛੋਟੇ ਮੋਟੇ ਨਾਮ ਨਹੀਂ ਹੈਗੇ ਬਹੁਤ ਵੱਡੀਆਂ ਚੀਜ਼ਾਂ ਆ ਮਤਲਬ ਇਹਨਾਂ ਨੂੰ ਗੋਰੇ ਵੀ ਫੋਲੋ ਕਰਦੇ ਗੋਰੇ ਵੀ ਦੇਖਦੇ ਵੀ ਇਹ ਕਰੀ ਕੇ ਜਾਂਦੇ ਨੇ ਸਟ੍ਰੀਮਸ ਇਹਨੇ ਵਿਊਜ਼ ਕਿੱਥੋਂ ਆ ਰਹੇ ਇਹਨਾਂ ਨੂੰ ਸੋ ਵਨ ਆਫ ਦੀ ਬੈਸਟ ਗਾਇਜ਼ ਜਾਣ ਤੋਂ